हेलो। हाँ जी, सत श्री अकाल जी सारिआं नूं। मैं गुरमीत कौर, जवंदा बुटीक ते तुहाडा स्वागत है। उम्मीद करदे हां जी सारे ठीक होवोंगे, चढ़दी कला विच होवोंगे। लो जी, आपां लै के आ गए तुहाडे लई होर सोहणे सोहणे सूट, रंग डिजाइन, ते इन्हां दे विचों जो भी सूट तुहानूं पसंद होया जी, तुसीं साडे तों बनवाउणा चाहुंदे हो, स्क्रीन दे उपर वट्सएप दा नंबर दिखाई दिंदा, ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਆਪਣੇ ਲਈ ਸੂਟ ਤਿਆਰ ਕਰਵਾ ਸਕਦੇ ਹੋ। ਹਰ ਤਰ੍ਹਾਂ ਦੇ ਆਪਣੇ ਕੋਲ ਵਰਕਰ ਅਵੇਲੇਬਲ ਨੇ ਜੀ, ਜੋ ਤੁਹਾਡੀ ਪਸੰਦ ਅਨੁਸਾਰ ਤੁਹਾਨੂੰ ਕੰਮ ਕਰਕੇ ਦੇਣਗੇ। ਹਰ ਤਰ੍ਹਾਂ ਦਾ ਆਪਣੇ ਕੋਲ ਦੁਪੱਟਿਆਂ ਦਾ ਸਟਾਫ ਅਵੇਲੇਬਲ ਹੈ ਤੇ ਹਰ ਤਰ੍ਹਾਂ ਦਾ ਆਪਣੇ ਕੋਲ ਹੈਗਾ ਜੀ ਸੂਟਾਂ ਦਾ ਸਟਾਫ ਅਵੇਲੇਬਲ। ਤੁਸੀਂ ਕਿਸੇ ਵੀ ਸਟਾਫ ਦੇ ਉੱਪਰ ਕੋਈ ਵੀ ਦੁਪੱਟਾ ਲਾ ਕੇ, ਕੋਈ ਵੀ ਕਲਰ ਕੰਟਰਾਸਟ ਲਗਾ ਕੇ ਆਪਣੀ ਪਸੰਦ ਦਾ ਵਰਕ ਕਰਵਾ ਸਕਦੇ ਹੋ, ਚਾਹੇ ਹੈਂਡ ਵਰਕ ਹੈ, ਮਸ਼ੀਨ ਵਰਕ ਆ, ਆਰੀ ਵਰਕ ਆ, ਜਾਂ ਤੁਸੀਂ ਇਹਨੂੰ ਮਿਕਸ ਕਰਕੇ ਬਣਾਉਣਾ। ਤੇ ਸਿਲਾਈ ਵੀ ਆਪਣੇ ਕੋਲ ਹਰ ਤਰ੍ਹਾਂ ਦੀ ਅਵੇਲੇਬਲ ਹੈ ਜੀ। ਗਰਾਰਾ ਬਣਾਉਣਾ, ਸ਼ਰਾਰਾ ਬਣਾਉਣਾ, ਲਹਿੰਗਾ, ਜੋ ਚੋਲੀ, ਜੋ ਵੀ ਤੁਸੀਂ ਬਣਵਾਉਣਾ ਚਾਹੁੰਦੇ ਹੋ, ਆਪਣੇ ਕੋਲੇ ਹਰ ਤਰ੍ਹਾਂ ਦੀ ਸਟਿਚਿੰਗ ਵੀ ਅਵੇਲੇਬਲ ਹੈ। ਚਲੋ ਠੀਕ ਹੈ ਜੀ, ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੇ ਸੂਟ ਵਿਖਾਉਣੇ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ, ਏਸੀ ਲਾਵੇ ਬਾਰ ਬੰਦ ਕਰਕੇ, ਗਰਮੀ ਆ ਗਈ। ਤੇ ਚਲੋ ਠੀਕ ਹੈ ਜੀ, ਆਪਾਂ ਸੂਟ ਵਿਖਾਉਣੇ ਸ਼ੁਰੂ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ, ਜੇ ਵੇਖਦੇ ਹੋ YouTube ਚੈਨਲ ਪੰਜਾਬੀ ਕਾਰਨਰ ਤੋਂ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ, ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜੇ ਵੇਖਦੇ ਹੋ ਜੀ Facebook ਪੇਜ ਤੋਂ, ਅਜੇ ਤੱਕ ਪੇਜ ਨੂੰ ਫੋਲੋ ਨਹੀਂ ਕਰਿਆ ਤਾਂ ਫੋਲੋ ਜ਼ਰੂਰ ਕਰ ਲਿਓ। ਜਿੰਨੇ ਵੀ ਆਪਾਂ ਸੂਟ ਬਣਾਉਣੇ ਆ ਜੀ, ਸਾਰਿਆਂ ਦੇ ਡਿਜ਼ਾਈਨ Instagram ਦੇ ਉੱਪਰ ਮਿਲ ਜਾਣਗੇ। Instagram ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜਾਂ ਸਕਰੀਨ ਦੇ ਉੱਪਰ ਲਿਖਿਆ ਹੋਇਆ ਸ਼ੋਅ ਹੋ ਜਾਊਗਾ। jawanda.gurmeet ਮੇਰੀ Instagram ਦੀ ਆਈਡੀ ਹੈ, ਸਰਚ ਕਰਕੇ ਜਾ ਸਕਦੇ ਹੋ ਤੇ ਆਪਣੇ ਲਈ ਸੂਟ ਤਿਆਰ ਕਰਵਾ ਸਕਦੇ ਹੋ। ਚਲੋ ਠੀਕ ਹੈ ਜੀ, ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਹਿਲੇ ਸੂਟ ਦੇ ਨਾਲ, ਜੋ ਕਿ ਮੈਨੇ ਵੇਅਰ ਕੀਤਾ ਹੋਇਆ, ਮੈਨੇ ਪਹਿਨਿਆ ਹੋਇਆ, ਆਪਾਂ ਤੁਹਾਨੂੰ ਉਹ ਦਿਖਾਉਂਦੇ ਹਾਂ। ਇਸ ਤਰ੍ਹਾਂ ਦਾ ਇਹ ਸ਼ਿਮਰ ਦਾ ਸੂਟ ਹੈ ਜੀ, ਠੀਕ ਹੈ ਜੀ। ਪੂਰਾ ਇਹਦੇ ਹੇਠਾਂ ਘੇਰ ਦੇ ਉੱਪਰ ਕੰਮ ਹੈਗਾ, ਇਸ ਤਰ੍ਹਾਂ ਦੇ ਨਾਲ ਇਹਦਾ ਘੇਰ ਬਣਿਆ ਹੋਇਆ ਹੈਗਾ ਤੇ ਕਲੀਆਂ ਬਣੀਆਂ ਹੋਈਆਂ ਨੇ, ਨੈਕ ਬਣਿਆ ਹੋਇਆ, ਠੀਕ ਹੈ ਜੀ। ਮੈਨੂੰ ਉਮੀਦ ਹੈ ਵੀ ਤੁਹਾਨੂੰ ਦਿਖਾਈ ਦਿੰਦਾ ਹੋਊਗਾ। ਪੂਰੀ ਸ਼ਰਟ ਦੇ ਉੱਪਰ ਕੰਮ ਹੈ ਤੇ ਸਲਵਾਰ ਦੇ ਉੱਪਰ ਨਹੀਂ ਕੰਮ ਕੀਤਾ ਹੋਇਆ, ਤੇ ਇਸ ਤਰ੍ਹਾਂ ਦੀ ਬਾਜੂ ਦਾ ਕੰਮ ਆਊਗਾ, ਤੇ ਇਸ ਤਰ੍ਹਾਂ ਦੇ ਨਾਲ ਬਾਂਹ ਦਾ ਕੰਮ ਆਊਗਾ। ਬਹੁਤ ਸੋਹਣਾ ਕੰਮ ਹੈ ਜਿਹੜਾ ਬਾਂਹ ਦਾ, ਤੇ ਦੁਪੱਟਾ ਰੱਖਿਆ ਨਾਲ ਪਿਓਰ ਚਨੂਨ ਦਾ। ਤੁਸੀਂ ਇਸ ਤਰ੍ਹਾਂ ਦੇ ਨਾਲ ਪੂਰਾ ਆਲ ਓਵਰ ਸੂਟ ਵੀ ਲੈ ਸਕਦੇ ਹੋ, ਹਨਾ, ਤੇ ਤੁਸੀਂ ਇਸ ਤਰ੍ਹਾਂ ਦੇ ਨਾਲ ਪੂਰਾ ਆਲ ਓਵਰ ਸੂਟ ਵੀ ਲੈ ਸਕਦੇ ਹੋ ਜੀ, ਜੇ ਤੁਹਾਨੂੰ ਪਸੰਦ ਹੈਗਾ ਜੀ। ਤੇ ਜੇ ਤੁਹਾਨੂੰ ਹਨਾ ਪਲੇਨ ਸਲਵਾਰ ਦੇ ਨਾਲ ਪਸੰਦ ਹੈ ਤਾਂ ਤੁਸੀਂ ਪਲੇਨ ਸਲਵਾਰ ਦੇ ਨਾਲ ਵੀ ਲੈ ਸਕਦੇ ਹੋ, ਸਲਵਾਰ ਆਪਾਂ ਦੁਪੱਟੇ ਨਾਲ ਦੀ ਤੁਹਾਨੂੰ ਲਾ ਕੇ ਦੇ ਸਕਦੇ ਹਾਂ। ਜਿਵੇਂ ਵੀ ਤੁਹਾਨੂੰ ਪਸੰਦ ਹੈ ਜੀ, ਤੁਸੀਂ ਆਪਣੀ ਪਸੰਦ ਅਨੁਸਾਰ ਸਾਡੇ ਤੋਂ ਕੰਮ ਕਰਵਾ ਸਕਦੇ ਹੋ ਤੇ ਸੂਟ ਆਰਡਰ ਕਰ ਸਕਦੇ ਹੋ। ਚਲੋ ਠੀਕ ਹੈ ਜੀ, ਆਪਾਂ ਵੀਡੀਓ ਸ਼ੁਰੂ ਕਰਦੇ ਹਾਂ, ਵੀਡੀਓ ਸ਼ੁਰੂਆਤ ਕਰਦੇ ਹਾਂ ਪਹਿਲੇ ਸੂਟ ਦੇ ਨਾਲ। ਲਓ ਜੀ, ਪਰਪਲ ਸ਼ੇਡ ਦਾ ਸੂਟ ਹੈ ਜੀ। ਪਰਪਲ ਸ਼ੇਡ ਜਿਹੜਾ ਬਹੁਤ ਸੋਹਣਾ ਲੱਗਦਾ ਜੀ ਸੂਟ, ਇਹਦਾ ਵੀ ਕਲਰ ਬਹੁਤ ਪਿਆਰਾ ਲੱਗਦਾ, ਤੇ ਇਹ ਆਪਾਂ ਖਾਦੀ ਸਿਲਕ ਦੇ ਉੱਪਰ ਬਣਾਇਆ ਹੋਇਆ, ਤੁਸੀਂ ਦੇਖ ਸਕਦੇ ਹੋ ਖਾਦੀ ਸਿਲਕ ਦੇ ਉੱਪਰ ਬਹੁਤ ਸੋਹਣਾ ਸੂਟ ਬਣਿਆ ਹੋਇਆ, ਤੇ ਸਭ ਤੋਂ ਜ਼ਿਆਦਾ ਕਲਰ ਹੈ ਜਿਹੜਾ ਟ੍ਰੈਂਡ ਦੇ ਵਿੱਚ ਹੈ ਪਰਪਲ ਜੀ। ਇਸ ਤਰ੍ਹਾਂ ਦੇ ਨਾਲ ਆਪਾਂ ਇਹ ਕੰਮ ਕੀਤਾ ਹੋਇਆ, ਇਹ ਇਸ ਤਰ੍ਹਾਂ ਦੀ ਘੇਰ ਦਾ ਕੰਮ ਆ ਗਿਆ। ਇਸ ਤਰ੍ਹਾਂ ਦੇ ਨਾਲ ਆਪਾਂ ਖਾਦੀ ਸਿਲਕ ਦਾ ਸੂਟ ਤਿਆਰ ਕੀਤਾ, ਪੂਰੇ ਇਹਦੇ ਨੈਕ ਦੇ ਕੰਮ ਹੈ, ਤੇ ਬਹੁਤ ਸੋਹਣਾ ਦੀ ਸ਼ਰਟ ਤੇ ਕੰਮ ਕੀਤਾ ਹੋਇਆ, ਹੈਦੀ ਕੰਮ ਕੀਤਾ ਹੋਇਆ ਜੀ, ਤੇ ਕਾਫੀ ਜ਼ਿਆਦਾ ਸੋਹਣਾ ਇਹ ਪਿਓਰ ਖਾਦੀ ਸਿਲਕ ਦੇ ਉੱਪਰ। ਇਸ ਤਰ੍ਹਾਂ ਤੁਸੀਂ ਪਿਓਰ ਚਨੂਨ ਦਾ ਦੁਪੱਟਾ ਲੈ ਸਕਦੇ ਹੋ ਇਹਦੇ ਨਾਲ, ਤੇ ਪਿਓਰ ਔਰਗੈਂਜਾ ਦਾ ਦੁਪੱਟਾ ਵੀ ਲਾ ਸਕਦੇ ਹੋ, ਤੁਹਾਡੀ ਮਰਜ਼ੀ ਰਹੂਗੀ। ਤੇ ਇਹ ਵਾਲਾ ਕੰਮ ਰਹੂਗਾ ਜੀ ਬਾਂਹ ਦਾ, ਬਾਂਹ ਦੇ ਉੱਪਰ ਵੀ ਬਾਰਡਰ ਮਿਲੂਗਾ ਜੀ ਤੁਹਾਨੂੰ ਇਸ ਤਰ੍ਹਾਂ ਦੇ ਨਾਲ, ਤੇ ਬੂਟੀ ਮਿਲੂਗੀ, ਠੀਕ ਹੈ। ਖਾਦੀ ਸਿਲਕ ਦਾ ਸੂਟ ਹੈ ਜੀ, ਤੁਹਾਨੂੰ ਮੇਰੇ ਵਾਲਾ ਕਲਰ ਪਸੰਦ ਹੈ ਨਾ, ਮੇਰੇ ਵਾਲਾ ਫੈਬਰਿਕ ਪਸੰਦ ਹੈ ਜੀ, ਡਿਜ਼ਾਈਨ ਇਹ ਪਸੰਦ ਹੈ ਤਾਂ ਵੀ ਇਹ ਕਰਵਾ ਸਕਦੇ ਹੋ, ਜੇ ਡਿਜ਼ਾਈਨ ਇਹ ਵਾਲਾ ਪਸੰਦ ਹੈ, ਮੇਰੇ ਵਾਲਾ ਕਲਰ ਬਟ ਇਹ ਪਸੰਦ ਹੈ, ਜਿਵੇਂ ਵੀ ਤੁਹਾਨੂੰ ਇੱਛਾ ਹੋਊਗੀ ਅਸੀਂ ਤੁਹਾਡੀ ਪਸੰਦ ਅਨੁਸਾਰ ਕੰਮ ਕਰਕੇ ਦੇਵਾਂਗੇ, ਠੀਕ ਹੈ ਜੀ। ਲਓ ਜੀ, ਇਸ ਤਰ੍ਹਾਂ ਦੇ ਨਾਲ ਹੈ, ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੈ ਤੁਸੀਂ ਆਪਣੀ ਪਸੰਦ ਅਨੁਸਾਰ ਬਣਾ ਸਕਦੇ ਹੋ। ਨੈਕਸਟ ਸੂਟ ਦਿਖਾ ਦਈਏ ਜੀ ਆਪਾਂ ਤੁਹਾਨੂੰ, ਖਾਦੀ ਸਿਲਕ ਦੇ ਉੱਪਰ ਬਣਾਇਆ ਹੋਇਆ ਇਹ ਵੀ ਹੈ ਜਿਹੜਾ ਕੰਮ ਹੈ, ਕਾਫੀ ਜ਼ਿਆਦਾ ਸੋਹਣਾ ਕੀਤਾ ਹੋਇਆ ਹੈਗਾ, ਤੁਸੀਂ ਦੇਖ ਸਕਦੇ ਹੋ। ਇਹ ਹੈਗਾ ਜੀ ਨੈਕ ਦਾ ਕੰਮ, ਇਹ ਨੈਕ ਦਾ ਕੰਮ ਹੈ ਜੀ, ਤੇ ਨਾਲ ਆ ਜੂਗਾ ਜੀ ਚਾਕਾਂ ਦਾ, ਠੀਕ ਹੈ। ਨੈਕ ਦੇ ਉੱਪਰ ਵੀ ਕੰਮ ਆ ਜੂਗਾ ਤੇ ਚਾਕਾਂ ਦੇ ਉੱਪਰ ਵੀ ਕੰਮ ਆ ਜੂਗਾ। ਇੱਕ ਮਿੰਟ ਜੀ, ਧਾਗਾ ਇਕੱਠਾ ਹੋ ਗਿਆ। ਲਓ ਜੀ, ਬਹੁਤ ਸੋਹਣਾ ਨੈਕ ਦਾ ਕੰਮ ਹੈ ਤੇ ਬਹੁਤ ਸੋਹਣਾ ਹੈਗਾ ਜੀ ਇਹਦੇ ਚਾਕਾਂ ਦਾ ਕੰਮ, ਬੜਾ ਪਿਆਰਾ ਚਾਕਾਂ ਦੇ ਉੱਪਰ ਕੰਮ ਆ ਗਿਆ ਜੀ, ਬਾਂਹ ਦੇ ਉੱਪਰ ਕੰਮ ਆ ਗਿਆ, ਇਹ ਵਾਲੀ ਬਾਂਹ ਆਊਗੀ, ਇਹ ਵਾਲਾ ਬਾਰਡਰ ਬਾਂਹ ਦਾ ਆਊਗਾ, ਤੇ ਇੱਧਰ ਇਹ ਵਾਲਾ ਕੰਮ ਆ ਜੂਗਾ ਜੀ ਸਲਵਾਰ ਦਾ, ਹੈਵੀ ਕੰਮ ਹੈ ਜਿਹੜਾ ਸਲਵਾਰ ਦੇ ਉੱਪਰ ਆਊਗਾ, ਖਾਦੀ ਸਿਲਕ ਦੇ ਉੱਪਰ ਪਕੜਿਆ ਹੋਇਆ। ਜਿਹੜਾ ਵੀ ਸੂਟ ਤੁਹਾਨੂੰ ਇਹਦੇ ਵਿੱਚੋਂ ਪਸੰਦ ਆਈ ਗਿਆ ਜੀ, ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਆਪਣੇ ਲਈ ਸੂਟ ਤਿਆਰ ਕਰਵਾ ਸਕਦੇ ਹੋ, ਠੀਕ ਹੈ ਜੀ।
बहुत सोहना पूरी शर्ट दे उपर काम है, सारा हैंड दा काम कीता होया। ते इधर साइड दे उपर बाहां ने जी, बाहां दे उपर भी बहुत हैवी काम है। ते नाल हैगा जी इस तरह घेर दा काम, ते उपर नूं कलियां जांदियां ने, बहुत ज्यादा सोहना ते साफ सुथरा काम है। बिल्कुल आपां तुहानूं नेड़े तों भी दिखा सकदे हां ना, क्योंकि जी आपां काम दी क्वालिटी दिंदे हांगे, ते काम पूरा अपना साफ सुथरा हुंदा, ते कपड़ा बहुत ज्यादा स्ट्रोंग है जी। ना तुहानूं इस तरह भी इह सिज जूगा जां ऐ हो जूगा जां ऐ, बहुत सोहना कपड़ा जी। ठीक है, इक आपां तुहानूं होर दिखा दईए। बहुत प्यारियां कलियां जाणगियां, ते इधर चाकां दा काम आजूगा, बहुत सोहना काम इधर चाकां दा आजूगा जी। ये आपां टिशू शिमर दे उपर बनाया होया, ते इधर बाहां आजूगा, बाहां दे उपर भी दो लाइनां आ जाणगियां। बहुत सोहना काम है ये भी जी, तुसीं अपनी पसंद अनुसार जिहड़ा भी काम तुहानूं पसंद हुंदा है तुसीं सानूं भेज सकदे हो, हैंडवर्क दा, मशीन वर्क दा, आरी वर्क दा, ਤੁਸੀਂ ਆਪਣੀ ਪਸੰਦ ਅਨੁਸਾਰ ਕਰਵਾ ਸਕਦੇ ਹੋ। ਜਿਸ ਤਰ੍ਹਾਂ ਇਹ ਹੈ ਨਾ ਸ਼ਿਮਰ ਦੇ ਫੈਬਰਿਕ ਤੇ ਆ, ਤੇ ਤੁਸੀਂ ਆਪਣੀ ਪਸੰਦ ਅਨੁਸਾਰ ਜੀ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ। ਕੰਮ ਦੀ ਆਪਾਂ ਤੁਹਾਨੂੰ ਕੁਆਲਿਟੀ ਦੇਵਾਂਗੇ, ਠੀਕ ਹੈ ਜੀ। ਕੰਮ ਦੀ ਆਪਣੇ ਦੀ ਪੂਰੀ ਕੁਆਲਿਟੀ ਹੁੰਦੀ ਹੈ, ਸਾਫ਼ ਸੁਥਰਾ ਕੰਮ ਹੁੰਦਾ ਸਾਰਾ, ਕੱਲੀ ਕੱਲੀ ਪੱਤੀ ਜੀ ਐਨ ਰੀਝ ਦੇ ਨਾਲ ਗੁੰਦੀ ਹੁੰਦੀ ਹੈ, ਸਾਰਾ ਕੰਮ ਤੁਸੀਂ ਦੇਖ ਸਕਦੇ ਹੋ। ਇਹ ਵੀ ਆਪਾਂ ਪਰਪਲ ਟਿਸ਼ੂ ਦੇ ਉੱਪਰ ਸ਼ਿਮਰ ਦੇ ਉੱਪਰ ਬਣਾਇਆ ਹੋਇਆ, ਟਿਸ਼ੂ ਸ਼ਿਮਰ ਦੇ ਉੱਪਰ, ਉਹ ਵੀ ਬਹੁਤ ਜ਼ਿਆਦਾ ਸੋਹਣਾ ਜੀ। ਠੀਕ ਹੈ, ਇਸ ਤਰ੍ਹਾਂ ਦੀ ਨਾਲ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਜੀ। ਇਹਦੇ ਸਲਵਾਰ ਤੇ ਵੀ ਕੰਮ ਹੈ, ਤੇ ਇਹਦੇ ਬਾਹਾਂ ਦੇ ਉੱਪਰ ਵੀ ਕੰਮ ਹੈ, ਤੇ ਕੰਮ ਤੁਹਾਨੂੰ ਸਾਰਾ ਕੁਆਲਿਟੀ ਵਾਲਾ ਮਿਲੂਗਾ। ਠੀਕ ਹੈ, ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਜੀ। ਇਹ ਬਾਹਾਂ ਦੇ ਉੱਪਰ ਕੰਮ ਆਜੂਗਾ, ਤੇ ਇਹ ਕੰਮ ਆਜੂਗਾ ਜੀ ਸਲਵਾਰ ਦੇ ਉੱਪਰ। ਠੀਕ ਹੈ, ਸਲਵਾਰ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਹੈ। ਕਿੰਨੇ ਮਿੰਟ ਦੀ ਵੀਡੀਓ ਹੋਈ? ਮੋਰ ਪੰਖੀ ਸ਼ੇਡ ਤੇ ਵਿੱਚ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀ, ਨੈਕ ਦਾ ਕੰਮ, ਤੇ ਆਪਣੀ ਪਸੰਦ ਅਨੁਸਾਰ ਜਿਹੜਾ ਵੀ ਤੁਹਾਨੂੰ ਫੈਬਰਿਕ ਪਸੰਦ ਹੈ ਜੀ, ਜਿਹਦੇ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ। ਹੈਂਡਵਰਕ ਦੇ ਸੂਟ ਕਰਵਾ ਸਕਦੇ ਹੋ, ਜ਼ਿਆਦਾ ਪੈਸਾ ਨਹੀਂ ਲਾਉਣਾ ਜੀ, ਮਸ਼ੀਨ ਵਰਕ ਦੇ ਸੂਟ ਕਰਵਾ ਸਕਦੇ ਹੋ, ਇਹ ਤੁਹਾਡੇ ਤੇ ਡਿਪੈਂਡ ਹੈ ਜੀ। ਠੀਕ ਹੈ, ਜਿੰਨੇ ਵੀ ਇਹ ਮੇਰੇ ਪਿੱਛੇ ਸੂਟ ਪਏ ਨੇ ਸਾਰੇ ਇਹ ਕਸਟਮਰ ਦੇ ਸੂਟ ਨੇ, ਇੱਕ ਆਪਾਂ ਤੁਹਾਨੂੰ ਆਲੀ ਦਾ ਦਿਖਾ ਦਿੰਦੇ ਹਾਂ, ਜਿਸ ਤਰ੍ਹਾਂ ਆਲੀ ਦੇ ਵਿੱਚ ਇਸ ਤਰ੍ਹਾਂ ਨਾਲ ਕੰਮ ਕਰਵਾ ਸਕਦੇ ਹੋ ਤੁਸੀਂ। ਪਸ਼ਮੀਨੇ ਦੇ ਬਹੁਤ ਸੋਹਣੇ ਡਿਜ਼ਾਈਨ ਬਣੇ ਪਏ ਨੇ ਸੂਟਾਂ ਦਾ, ਕੋਈ ਅੰਤ ਨਹੀਂ, ਬਹੁਤ ਸੋਹਣੇ ਸੂਟ ਆਪਾਂ ਬਣਾਏ ਹੋਏ ਨੇ। ਦੇਖੋ ਆਰੀ ਵਿੱਚ, ਆਰੀ ਦਾ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ। ਕਈ ਕਸਟਮਰ ਕਹਿੰਦੇ ਨੇ ਤੁਹਾਡੇ ਸੂਟ ਹੁੰਦੇ ਨੇ ਕੋਸਟਲੀ, ਘੱਟ ਰੇਟ ਵਾਲੇ ਦਿਖਾਇਆ ਕਰੋ। ਦੇਖੋ ਜੀ, ਬੁਟੀਕ ਦੇ ਸੂਟ ਮਹਿੰਗੇ ਹੁੰਦੇ ਨੇ, ਹੈ ਨਾ, ਸ਼ੌਪ ਦੇ ਸੂਟਾਂ ਤੇ ਬੁਟੀਕ ਦੇ ਸੂਟਾਂ ਦੇ ਵਿੱਚ ਫਰਕ ਹੁੰਦਾ, ਕਿਉਂਕਿ ਆਪਾਂ ਵਧੀਆ ਵਾਲਾ ਕੱਪੜਾ ਲੈ ਕੇ ਵਰਕਰਾਂ ਤੋਂ ਆਪਦੀ ਪਸੰਦ ਅਨੁਸਾਰ ਵਧੀਆ ਕੰਮ ਕਰਵਾਉਂਦੇ ਹਾਂ। ਇਹ ਲਓ ਜੀ, ਇਸ ਤਰ੍ਹਾਂ ਨੈਕ ਆਜੂਗਾ ਜੀ, ਹੇਠਾਂ ਨੂੰ ਕਲੀਆਂ ਆ ਜਾਣਗੀਆਂ। ਰਸਟੀ ਔਰੇਂਜ ਜਿਹੜਾ ਕਲਰ ਦਾ ਸੂਟ ਹੈ, ਤੇ ਖਾਦੀ ਸਿਲਕ ਦੇ ਉੱਪਰ ਬਣਿਆ ਹੋਇਆ, ਤੇ ਕੰਮ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਹੋ। ਆਰੀ ਦਾ ਵੀ ਕੰਮ ਵੀ ਤੁਹਾਨੂੰ ਪੂਰਾ ਸੰਘਣਾ ਮਿਲੂਗਾ ਜੀ। ਠੀਕ ਹੈ, ਐਨ ਇਹਦਾ ਕੰਮ ਜਿਹੜਾ ਪੂਰਾ ਸੰਘਣਾ ਕੀਤਾ ਹੋਊਗਾ। ਬਾਕੀ ਜੋ ਵੀ ਤੁਹਾਨੂੰ ਪਸੰਦ ਹੈ ਜੀ, ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਵੀ ਤੁਹਾਨੂੰ ਪਸੰਦ ਹੈ ਉਹ ਤੁਸੀਂ ਲੈ ਸਕਦੇ ਹੋ ਤੇ ਬਣਾ ਸਕਦੇ ਹੋ। ਤੇ ਬਾਕੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ, ਤੇ ਆਰਡਰ ਕਿਸ ਤਰ੍ਹਾਂ ਕਰਨਾ, ਸਕਰੀਨ ਦੇ ਉੱਪਰ ਵਟਸਐਪ ਦਾ ਨੰਬਰ ਦਿਖਾਈ ਦਿੰਦਾ, ਤੁਸੀਂ ਸਕਰੀਨਸ਼ਾਟ ਲੈ ਕੇ ਇੱਥੇ ਭੇਜਿਓ। ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ, ਅਸੀਂ ਤੁਹਾਡੀ ਪਸੰਦ ਅਨੁਸਾਰ ਬਣਾ ਕੇ ਤੁਹਾਨੂੰ ਘਰ ਸੈਂਡ ਕਰ ਸਕਦੇ ਹਾਂ। ਠੀਕ ਹੈ ਜੀ, ਤੇ ਪੰਜਾਬ ਦੇ ਲਈ ਡਿਲੀਵਰੀ ਫ੍ਰੀ ਹੁੰਦੀ ਹੈ ਜੀ, ਜੇ ਤੁਸੀਂ ਪੰਜਾਬ ਤੇ ਚੰਡੀਗੜ੍ਹ ਦੇ ਲਈ ਆਪਣੀ ਸ਼ਿਪਿੰਗ ਫ੍ਰੀ ਹੁੰਦੀ ਹੈ। ਜੇ ਤੁਸੀਂ ਪੰਜਾਬ ਤੋਂ ਕਿਸੇ ਸਟੇਟ ਤੋਂ ਬਾਹਰ ਆ ਜੀ, ਉਹਦਾ ਪੈਸਾ ਲੱਗ ਜਾਂਦਾ ਹੈ ਨਾ, ਸੂਟ ਦੇ ਹਿਸਾਬ ਨਾਲ ਕਦੇ 100 ਰੁਪਏ, ਕਦੇ 120 ਰੁਪਏ। ਜੇ ਤੁਸੀਂ ਫੋਰਨ ਕੰਟਰੀ ਦੇ ਵਿੱਚੋਂ, ਤੇ ਇੱਕ ਸਾਨੂੰ ਬਾਹਰੋਂ ਇਹੀ ਮੈਸੇਜ ਆਉਂਦਾ ਹੁੰਦਾ ਜੀ, ਤੁਸੀਂ ਕਿੰਨੇ ਪੈਸੇ ਲਓਗੇ ਡਿਲੀਵਰੀ ਦੇ। ਦੇਖੋ ਜੀ, ਜਿਹੜੇ ਡਿਲੀਵਰੀ ਦੇ ਚਾਰਜ ਹੁੰਦਾ ਨਾ, ਉਹ ਡਿਲੀਵਰੀ ਦਾ ਚਾਰਜ ਹੁੰਦਾ ਜੀ, ਉਹ ਸਾਰਾ ਆਪਾਂ ਲੈਣਾ ਹੁੰਦਾ ਜੀ ਜਿੰਨਾ ਆਪਣਾ ਵਜ਼ਨ ਹੋ ਗਿਆ, ਹੈ ਨਾ, ਤੇ ਕਿਲੋਆਂ ਦੇ ਹਿਸਾਬ ਨਾਲ ਰੇਟ ਹੁੰਦਾ। ਜਿਸ ਤਰ੍ਹਾਂ ਜੇ 5 ਕਿਲੋ ਤੋਂ ਥੱਲੇ ਦਾ ਘੱਟ, ਪਰ ਕੇਜੀ ਦਾ ਘੱਟ ਰੇਟ ਹੋਊਗਾ, 5 ਤੋਂ 7 ਕਿਲੋ ਆ ਜੀ, ਫਿਰ ਥੋੜਾ ਜਿਹਾ, ਜੇ 5 ਕਿਲੋ ਤੋਂ ਘੱਟ ਆ ਜੀ, ਥੋੜਾ ਜਿਹਾ ਰੇਟ ਜ਼ਿਆਦਾ ਹੁੰਦਾ ਪਰ ਕੇਜੀ ਦਾ। ਜੇ 5 ਤੋਂ 7 ਦੇ ਵਿੱਚ ਆ ਗਿਆ, ਥੋੜਾ ਜਿਹਾ ਹੋਰ ਪਰ ਕੇਜੀ ਰੇਟ ਘੱਟ ਜੂ। ਜੇ 7 ਤੋਂ ਵਿੱਚ ਆ, 7 ਤੋਂ 10 ਦੇ ਵਿੱਚ ਆ ਗਿਆ ਜੀ, ਹੋਰ ਪਰ ਕੇਜੀ ਰੇਟ ਘੱਟ ਜੂ। ਤੇ 10 ਤੋਂ 15 ਦੇ ਵਿੱਚ ਹੋਰ ਪਰ ਕੇਜੀ ਰੇਟ ਘੱਟ ਜੂ। ਜਿੰਨਾ ਆਪਣਾ ਵਜ਼ਨ ਵਧੀ ਜਾਊਗਾ ਜੀ, ਉਹਨਾਂ ਪਰ ਕੇਜੀ ਰੇਟ ਘੱਟ ਜਾਊ। ਜਿੰਨਾ ਵਜ਼ਨ ਆਪਣਾ ਘੱਟ ਹੋਊਗਾ ਜੀ, ਉਹਨਾਂ ਰੇਟ ਆ ਜਿਹੜਾ ਪਰ ਕੇਜੀ ਦਾ ਜ਼ਿਆਦਾ ਹੋ ਜਾਂਦਾ। ਇਸ ਕਰਕੇ ਇਹ ਦੱਸਣਾ ਇੱਕ ਬਹੁਤ ਮੁਸ਼ਕਿਲ ਗੱਲ ਹੈ ਵੀ ਇਹਦਾ ਕਿੰਨਾ ਪੈਸਾ ਬਣੂਗਾ, ਇਹਦਾ ਕਿੰਨਾ ਪੈਸਾ ਬਣੂਗਾ।
ਤੇ ਇਹ ਜਦੋਂ ਆਪਣਾ ਸੂਟਾਂ ਦਾ ਵਜਨ ਹੁੰਦਾ ਜੀ ਉਦੋਂ ਪਤਾ ਲੱਗਦਾ। ਤੇ ਇੱਕ ਗੱਲ ਹੋਰ ਆ, ਜਿਵੇਂ ਹੁਣ ਆਪਾਂ ਸੂਟ ਦਾ ਉਹ ਵੀ ਇੱਕੋ ਵੱਜੂਗਾ, ਜਿਵੇਂ ਹੈਵੀ ਫੋਰ ਸਾਈਡ ਦੁਪੱਟੇ ਵਾਲਾ ਗਰਾਰੇ ਸ਼ਰਵਾਰੇ ਵਾਲਾ ਸੂਟ ਹੈ ਜੀ, ਉਹਦਾ ਵਜਨ ਆ ਜਿਹੜਾ ਵਾਜੂਗਾ ਹਨਾ 1.5 ਕਿਲੋ 2 ਕਿਲੋ ਤੱਕ ਵੀ ਚਲਾ ਜਾਂਦਾ। ਇੱਕ ਨੋਰਮਲ ਸੂਟ ਹੈ ਅਨਸਟਿਚ ਜਾ ਰਿਹਾ ਜੀ, ਉਹਦਾ 800 ਗ੍ਰਾਮ ਵਜਨ ਨਹੀਂ ਹੁੰਦਾ। ਇਸ ਤਰ੍ਹਾਂ ਕਰਕੇ ਜੀ ਸੂਟਾਂ ਦੇ ਜਦੋਂ ਆਪਾਂ ਸਾਰੇ ਤਿਆਰ ਹੋ ਜਾਂਦੇ ਨੇ, ਸਿਲਾਈ ਹੋ ਜਾਂਦੇ ਨੇ, ਉਹਦਾ ਆਪਾਂ ਪ੍ਰੋਪਰ ਵਜਨ ਕਰਕੇ ਫਿਰ ਦੱਸਦੇ ਹਾਂ ਜੀ ਵੀ ਇਹਦਾ ਇੰਨਾ ਪਾਰਸਲ ਹੋਊਗਾ। ਠੀਕ ਹੈ, ਤੇ ਚਲੋ ਠੀਕ ਹੈ ਜੀ, ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ। ਤੇ ਮੈਨੂੰ ਪੂਰੀ ਉਮੀਦ ਹੈ ਵੀ ਸਾਡੇ ਸੂਟ ਤੇ ਰੰਗ ਡਿਜ਼ਾਈਨ ਤੁਹਾਨੂੰ ਵਧੀਆ ਲੱਗੇ ਹੋਣੇ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਠੀਕ ਹੈ ਜੀ, ਮਿਲਦੇ ਹਾਂ ਫਿਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ, ਬਾਏ ਬਾਏ।